ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਇੱਕ ਪੈਪਸੂ ਰੋਡ ਵਿੱਚ ਬੱਸ ਬਾਈਕ ਸਵਾਰ ਨੌਜਵਾਨਾਂ ਨੂੰ ਕੁਚਲੇ ਹੋਏ ਖੇਤਾਂ ਵਿੱਚ ਚੜ ਗਈ। ਦੋਵੇਂ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਹ ਹਾਦਸਾ ਬਾਈਕ ਸਵਾਰ ਨੌਜਵਾਨਾਂ ਨੂੰ ਬਚਾਉਂਦੇ ਹੋਏ ਵਾਪਰਿਆ। ਪਠਾਨਕੋਟ ਬੱਸ ਜਾ ਰਹੀ ਸੀ, ਪੈਪਸੂ ਰੋਡ ਵਿੱਚ ਸੀ ਉਹ, ਜਦੋਂ ਦੋਨੋਂ ਦੇ ਕੋਲ ਨੇੜੇ ਆਈ ਤਾਂ ਸਾਹਮਣੇ ਪੈਟਰੋਲ ਪੰਪ ਨੂੰ ਮੁੰਡੇ ਦੋ ਸੀਗੇ ਸਕੂਟਰ 'ਤੇ, ਉਹ ਮੁੜ ਗਏ ਅਚਾਨਕ ਅਤੇ ਬੱਸ ਵਾਲੇ ਨੇ ਬਹੁਤ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੇਕਾਬੂ ਹੋ ਕੇ ਐਕਸੀਡੈਂਟ ਹੋ ਗਿਆ ਜੀ। ਦੋਨੇ ਮੁੰਡੇ ਸੀਗੇ ਸਰ ਜੀ। ਇਹਦੇ 'ਚ ਕੈਜੂਅਲਟੀ ਵੀ ਆ? ਨਹੀਂ ਜੀ, ਅਜੇ ਕੋਈ ਪਤਾ ਨਹੀਂ ਲੱਗਾ ਜੀ। ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀਗੇ, ਬੱਸ ਆ ਰਹੇ ਸੀ, ਇਹ ਜਿਹੜੇ ਮੋਟਰਸਾਈਕਲ 'ਤੇ ਦੋ ਬੰਦੇ ਸੀਗੇ, ਮੂਹਰੇ ਗੱਡੀ ਆਈ, ਗੱਡੀ ਕਰੋਸ ਕਰਕੇ ਪੈਟਰੋਲ ਪੰਪ ਨੂੰ ਵੜ ਰਹੇ ਸੀ ਅਤੇ ਸਾਡੀ ਡਰਾਈਵਰ ਨੇ ਬੱਸ ਵਾਲੇ ਨੇ ਬਹੁਤ ਪਿੱਛੋਂ ਬ੍ਰੇਕਾਂ ਆ ਰਹੀਆਂ ਤਕਰੀਬਨ, ਅਤੇ ਉਹ ਬ੍ਰੇਕ ਮਾਰਦੇ ਮਾਰਦੇ ਬੱਸ ਵੀ ਸਾਡੀ ਤਕਰੀਬਨ ਆਪਣੇ ਹੱਥ 'ਤੇ ਜਿਹੜੀ ਉੱਟ ਗਈ, ਉਹਨਾਂ ਨੂੰ ਬਚਾਉਂਦੇ ਬਚਾਉਂਦੇ ਉਹ ਵਿੱਚ ਆ ਕੇ ਬਚ ਗਏ ਆਪਣੀ ਉਲਟੀ ਸਾਈਡ ਤੋਂ ਆ ਕੇ।